ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ, ਸਿਰਫ ਇੱਕ ਸੀਟ ਅਸੀਂ ਜਿੱਤ ਸਕੇ ਹਾਂ ਬਠਿੰਡੇ ਦੀ, ਔਰ ਬਾਕੀ ਸੀਟਾਂ 'ਤੇ ਪਾਰਟੀ ਨੂੰ ਬਹੁਤ ਘੱਟ ਵੋਟਾਂ ਵੀ ਪਈਆਂ, ਔਰ ਨੋਸ਼ੀਜਨਕ ਹਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹੋਈ ਹੈ। ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ, ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਆ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕਾਰਨ ਰਹੇ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵੀ ਬਹੁਤ ਹੁੰਦੇ ਰਹੇ, ਰੈਲੀਆਂ, ਰੋਡ ਸ਼ੋਅ, ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਰਹੇ, ਪਰ ਉਹ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੇ, ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ। ਸੰਗਰੂਰ ਵਿਖੇ ਅਸੀਂ ਇਕੱਤਰ ਹੋਏ ਹਾਂ ਸਾਰੇ, ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ, ਅਕਾਲੀ ਵਰਕਰਾਂ ਨੂੰ ਵੀ, ਔਰ ਸੰਗਤ ਨੂੰ ਵੀ, ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ, ਭਾਵੇਂ ਇਸ ਚੋਣ 'ਤੇ ਕੋਈ ਬਹੁਤਾ ਅਸਰ ਨਹੀਂ ਸੀ ਹੋਣਾ ਉਹਨਾਂ ਚੀਜ਼ਾਂ ਦਾ, ਵੀ ਕੋਈ ਨਤੀਜੇ ਬਦਲ ਜਾਣੇ ਸੀ ਜਾਂ ਕੋਈ ਵੋਟ ਬਹੁਤ ਵੱਧ ਘੱਟ ਪੈ ਜਾਣੀ ਸੀ, ਪਰੰਤੂ ਜਿਹੜੇ ਐਡੇ ਐਡੇ ਰੁਤਬਿਆਂ 'ਤੇ ਰਹਿ ਕੇ ਲੋਕ, ਕੋਈ ਸਰਪ੍ਰਸਤ ਨੇ, ਕੋਈ ਕੋਰ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਸ਼ਰੇਆਮ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ, ਔਰ ਇਹ ਕਿਹਾ ਕਿ ਕਿਸੇ ਵੀ ਕੀਮਤ 'ਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ, ਹੋਰ ਜੇ ਕਿਸੇ ਨੂੰ ਪਾ ਦਿਉ। ਉਹਨਾਂ ਦੀ ਗੱਲ ਹੈ ਜਿਹੜੀ, ਉਹ ਵੀ ਮੈਂ ਸਮਝਦਾ ਪ੍ਰੈਸ ਰਾਹੀਂ ਵੀ ਪਾਰਟੀ ਕੋਲ ਪਹੁੰਚਣੀ ਚਾਹੀਦੀ ਹੈ ਕਿ ਤੁਸੀਂ ਬੜੀ ਤਨਦੇਹੀ ਨਾਲ ਕੰਮ ਕੀਤਾ, ਵੋਟਾਂ ਘੱਟ ਪਈਆਂ, ਉਹ ਖਿੜੇ ਮੱਥੇ ਪ੍ਰਵਾਨ ਆ ਸੰਗਤ ਦਾ ਫਤਵਾ, ਪਰ ਜਿਹੜੇ ਆਗੂਆਂ ਨੇ ਵੱਡੇ ਰੁਤਬਿਆਂ 'ਤੇ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ, ਉਹਨਾਂ 'ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ, ਤਾਂ ਕਿ ਅੱਗੇ ਤੋਂ ਕੋਈ ਵੀ ਵੱਡਾ ਹੋਵੇ, ਬੰਦਾ ਭਾਵੇਂ ਛੋਟਾ ਹੋਵੇ, ਪਾਰਟੀ ਦਾ ਵਿਰੋਧ ਕਰਨ ਦੀ ਜ਼ਰੂਰਤ ਨਾ ਕਰ ਸਕੇ। ਇਹ ਬੇਨਤੀ ਤੁਹਾਡੇ ਚਰਨਾਂ 'ਚ ਅਸੀਂ ਰੱਖੀ ਹੈ, ਅਤੇ ਤੁਹਾਡਾ ਚਿਹਰੇ ਤੁਹਾਨੂੰ ਪਤਾ ਹੀ ਹੈ, ਪਾਰਟੀ ਦਾ ਸਰਪ੍ਰਸਤ ਕੌਣ ਹੈ, ਸੰਗਰੂਰ ਜ਼ਿਲ੍ਹੇ 'ਚੋਂ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ, ਦੱਸਣ ਨੂੰ ਕਿਹੜਾ ਕੋਈ ਭੁਲੇਖਾ ਤੁਹਾਨੂੰ। ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਪ੍ਰਕਾਸ਼ ਚੰਦ ਗਰਗ ਜੀ, ਜਿਨ੍ਹਾਂ ਨੇ ਸ਼ਰੇਆਮ ਪਾਰਟੀ ਦਾ ਵਿਰੋਧ ਕੀਤਾ, ਪਾਰਟੀ ਸਫਾ 'ਚ ਰਹਿ ਕੇ ਕੀਤਾ, ਵੱਡੇ ਰੁਤਬਿਆਂ 'ਤੇ ਰਹਿ ਕੇ ਕੀਤਾ, ਕੋਰ ਕਮੇਟੀ ਦੇ ਮੈਂਬਰ ਹੋਣ, ਪਾਰਟੀ ਦੇ ਸਰਪ੍ਰਸਤ ਹੋਣ, ਔਰ ਲੋਕ ਵਿਰੋਧ ਕਰਨ ਪਾਰਟੀ ਦਾ। ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ, ਪਰ ਇੱਕ ਐਡੇ ਵੱਡੇ ਰੁਤਬਿਆਂ 'ਤੇ ਰਹਿ ਕੇ ਕਿਸੇ ਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਨਿੰਦਣਯੋਗ ਹੈ, ਉਹਦੇ 'ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ। ਜੋ ਪਾਰਟੀ ਫੈਸਲਾ ਕਰੇ, ਪਾਰਟੀ ਨੇ ਦੇਖਣਾ ਸੀ, ਪਾਰਟੀ ਕੋਲ ਆਪਦਾ ਪੱਖ ਰੱਖ ਦੇਣਾ। ਮੈਨੂੰ ਨਹੀਂ ਇਹਦੇ ਬਾਰੇ ਪਤਾ, ਇਹ ਮੈਂ ਥੋੜ੍ਹਾ ਦੇਣਾ ਜੀ, ਇਹ ਪਾਰਟੀ ਆਫਿਸ ਨੇ, ਇਹਦਾ ਜਵਾਬ ਤੁਸੀਂ ਪਾਰਟੀ ਤੋਂ ਲੈ ਸਕਦੇ ਹੋ। ਮੈਨੂੰ ਅਸੀਂ ਚਿੱਠੀ 'ਚ ਲਿਖਿਆ ਵੀ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ, ਜੋ ਪਾਰਟੀ ਮੁਨਾਸਬ ਸਮਝਦੀ ਇਹਨਾਂ 'ਤੇ ਕਾਰਵਾਈ, ਅਨੁਸ਼ਾਸਨੀ ਕਾਰਵਾਈ ਕੀਤੀ ਹੈ। ਜਿਵੇਂ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ 15 ਦਿਨ ਪਹਿਲਾਂ ਢੀਂਡਸਾ ਸਾਹਿਬ ਨੂੰ ਇੱਧਰ ਲਿਆਂਦਾ ਜਾਂਦਾ, ਅਤੇ ਉਸ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਵਿਰੋਧ ਹੋ ਜਾਂਦਾ, ਪਰ ਹੁਣ ਅਗਲੇ ਉਹਦੇ ਵਾਸਤੇ 2027 ਦੀ ਤਿਆਰੀ ਵਾਸਤੇ ਕਿੱਦਾਂ ਦਾ ਜਿਹੜੀ ਰਣਨੀਤੀ ਰੱਖੀ ਹੈ, ਕਿਉਂਕਿ ਜਿਹੜੇ ਹਾਲਾਤ ਨੇ ਬੜੇ ਇਹ ਕਹਿ ਸਕਦੇ ਹਾਂ ਬੜੇ ਨਾਜ਼ੁਕ ਬਣੇ ਹੋਏ ਆ। ਅਸੀਂ ਉਸ ਚੀਜ਼ 'ਤੇ ਵੀ ਚਿੰਤਾ ਪ੍ਰਗਟ ਕਰਦੇ ਹਾਂ, ਪਾਰਟੀ ਬਹੁਤ ਥੱਲੇ ਗਈ ਹੈ, ਪਾਰਟੀ ਦਾ ਨੁਕਸਾਨ ਹੋਇਆ, 13% 13.5% ਸਾਨੂੰ ਵੋਟ ਪਈ ਹੈ, ਚਿੰਤਾ ਦਾ ਵਿਸ਼ਾ, ਉਹਦੇ 'ਤੇ ਵੀ ਮੰਥਨ ਹੋਣਗੇ, ਵਿਚਾਰ ਨਾ ਹੋਣਗੇ, ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ, ਉਹਨਾਂ 'ਤੇ ਹੱਲ ਵੀ ਕਰਾਂਗੇ, ਤਬਦੀਲੀਆਂ ਵੀ ਹੋਣੀਆਂ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ, ਪਰੰਤੂ ਇੱਕ ਐਡੇ ਵੱਡੇ ਰੁਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ, ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਨਾ ਜੀ। ਸੋ ਇਹ ਇਸ ਤਰ੍ਹਾਂ ਥੋੜ੍ਹਾ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜਿੱਦਾਂ ਸਾਡੇ ਅਨੁਕੂਲ ਕੋਈ ਗੱਲ ਹੋ ਗਈ ਫਿਰ ਤਾਂ ਅਸੀਂ ਪਾਰਟੀ ਦੇ ਵੱਡੇ ਰੁਤਬੇ ਵਾਲੇ ਲੋਕ ਹਾਂ, ਅਤੇ ਜੇ ਸਾਡੇ ਕੋਈ ਖਿਲਾਫ਼ ਗੱਲ ਹੋ ਗਈ ਜਾਂ ਟਿਕਟ ਨਹੀਂ ਮਿਲਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ, ਇਹ ਚੀਜ਼ ਤਾਂ ਐਕਸੈਪਟੇਬਲ ਹੋਣੀ ਨਹੀਂ ਚਾਹੀਦੀ ਪਾਰਟੀ 'ਚ।
ਦੇਖੋ ਇਹ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਹੈ। ਅਸੀਂ ਰੈਲੀਆਂ ਕੀਤੀਆਂ, ਰੋਡ ਸ਼ੋ ਕੀਤੇ, ਵੱਡੇ ਵੱਡੇ ਇਕੱਠ ਹੋਏ ਸਾਡੇ। ਤੋ ਅਸੀਂ ਇੱਕੇ ਦਿਨ ਦੋ ਰੈਲੀਆਂ ਕੀਤੀਆਂ ਤਕਰੀਬਨ, ਜੇ ਆਪਾਂ ਬਿਲਕੁਲ ਗੰਦਰਬਾਗ ਗੱਲ ਕਰੀਏ 10 to 12 hazaar ਦੇ ਸਾਡੇ ਉਹਨਾਂ ਰੈਲੀਆਂ 'ਚ ਇਕੱਠ ਹੋਏ, ਪਰ ਵੋਟਾਂ 'ਚ ਕਨਵਰਟ ਨਹੀਂ ਹੋਏ। ਇਹ ਚਿੰਤਾ ਦਾ ਵਿਸ਼ਾ, ਕਿਉਂ ਨਹੀਂ ਹੋਏ? ਸੋ ਇਹ ਚੀਜ਼ 'ਤੇ ਜ਼ਰੂਰ ਅਸੀਂ ਪਾਰਟੀ ਵਿਚਾਰ ਵਟਾਂਦਰਾ ਕਰੂਗੀ, ਕੱਲ੍ਹ ਨੂੰ ਕੋਰ ਕਮੇਟੀ 'ਚ ਕਰੂਗੀ, ਉਹਦੇ ਬਾਅਦ ਵੀ ਇਹਦੇ 'ਤੇ ਮੰਥਨ ਹੋ ਕੇ ਵੱਡੀਆਂ ਵੱਡੇ ਫੈਸਲੇ ਪਾਰਟੀ ਨੂੰ ਲੈਣੇ ਪੈਣਗੇ, ਲੈਣੇ ਚਾਹੀਦੇ ਵੀ ਨੇ। ਚਲੋ ਇਹਦਾ ਜਵਾਬ ਤਾਂ ਉਹੀ ਦੇ ਸਕਦੇ ਨੇ, ਰਿਸ਼ਤੇਦਾਰੀ ਨਿਭਾਈ ਹੈ ਜਾਂ ਕਿਸੇ ਹੋਰ ਸੱਜਣ ਤਾਂ ਹੀ ਨਿਭਾਈ ਹੈ, ਪਰ ਅਸੀਂ ਇਹ ਗੱਲ ਪ੍ਰਤੱਖ ਰੂਪ 'ਚ ਕਹਿੰਦੇ ਹਾਂ, ਸਾਡੇ ਕੋਲ ਸਬੂਤ ਨੇ ਕਿ ਪਾਰਟੀ ਦਾ ਵਿਰੋਧ ਉਹਨਾਂ ਨੇ ਡਟ ਕੇ ਕੀਤਾ।